ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਪਤਾ ਨੀ ਉਦਘਾਟਨ ਇਹਨਾਂ ਲਈ ਜ਼ਰੂਰੀ ਆ, ਉਹ ਵੀ ਕੀਤੇ ਕਿਰਾਏ ਕੰਮਾਂ ਦੇ ਹੱਥੀ ਕੱਖ ਨਹੀਂ ਕਰਦੇ ਜੀ, ਜਿੱਦਾਂ ਦੀ ਜਦੋਂ ਦੀ ਸਰਕਾਰ ਆਈ ਆ। ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ। ਹਾਂਜੀ ਉਹ ਸਾਹਿਬ ਸਤਿ ਸ਼੍ਰੀ ਅਕਾਲ ਜੀ, ਪੱਤਰਕਾਰ ਹਰਦੀਪ ਸਿੰਘ ਗੱਲ ਕਰ ਰਹੇ ਜੀ। ਜਨਾਬ ਜੀ ਐਸ ਓ ਸਾਹਿਬ ਨੇ ਗੱਲ ਕੀਤੀ, ਉਹ ਕਹਿੰਦੇ ਕਿ ਸਾਡੇ ਕੋਲ ਪੈਸੇ ਨਹੀਂ, ਪੈਸੇ ਪਿੱਛੋਂ ਕਹਿੰਦਾ ਜੀ ਗੌਰਮੈਂਟ ਨੇ ਸਾਨੂੰ ਭੇਜੇ ਨਹੀਂ, ਕਦ ਆਉਣਗੇ ਕੰਮ ਉਦੋਂ ਹੋਊਗਾ ਜੀ। ਤੁਹਾਡਾ ਇਸ ਬਾਰੇ ਕੀ ਕਹਿਣਾ, ਪੈਸੇ ਕਦੋਂ ਕੁ ਆ ਜਾਣਗੇ, ਕੋਈ ਆਈਡੀਆ ਦੇ ਦਿਓ, ਲੋਕ ਬਹੁਤ ਇਕੱਠੇ ਹੋਏ ਇੱਥੇ, ਨਹੀਂ ਮੰਗਾ ਕੇ ਕੋਈ ਆਈਡੀਆ ਦੇ ਦਿਓ ਜੀ। ਇਹ ਵਿਚਾਰਿਆਂ ਦਾ ਤਾਂ ਸਾਹ ਸੁੱਕੇ ਹੋਏ ਆ। ਮੰਨ ਕੇ ਚੱਲੀ ਸਰ, ਤੁਸੀਂ ਔਨ ਰਿਕਾਰਡ ਕੈਮਰੇ ਅੱਗੇ ਕਹਿ ਰਹੇ ਹੋ ਕਿ 15 ਦਿਨ ਦੇ ਵਿੱਚ ਹੋਜੂਗਾ, ਤੁਸੀਂ ਜੁੜੇ ਹੋ NNR ਨਿਊਜ਼ ਦੇ ਨਾਲ ਅਤੇ ਮੈਂ ਹਾਂ ਤੁਹਾਡੇ ਨਾਲ ਹਰਦੀਪ। ਆਮ ਲੋਕਾਂ ਨੂੰ ਬਦਲਾਵ ਰਾਸ ਨਹੀਂ ਆ ਰਿਹਾ, ਇਹ ਮੈਂ ਸਵਾਲ ਕਿਉਂ ਕਹਿ ਰਿਹਾ, ਬੀਤੇ ਦਿਨੀ ਨਕੋਦਰ ਦੇ ਵਿੱਚ ਸੀ ਭਗਵੰਤ ਮਾਨ ਆਏ ਸੀ, ਤਾਂ ਮੈਂ ਉਹ ਵੀ ਵੀਡੀਓ ਕੀਤੀ ਸੀ ਕਿ ਬਹੁਤ ਸਾਰੇ ਬੋਰਡ ਲਗਾ ਤੇ ਸੀ ਕਿਹੜੇ ਕੀ ਬਣਦਾ ਨਹੀਂ ਸੀ, ਉਹ ਸਰਕਾਰ ਜਿਹੜੀ ਕਦੇ ਕਹਿੰਦੀ ਸੀ ਕਿ ਬੋਰਡਾਂ 'ਤੇ ਪੈਸੇ ਨਾ ਲਗਾਓ, ਸਾਬਕਾ ਸਰਕਾਰ ਹੋਵੇ ਚਾਹੇ ਕਾਂਗਰਸ ਜਾਂ ਅਕਾਲੀ ਦਲ ਕੋਈ ਵੀ ਸਰਕਾਰ ਹੋਵੇ, ਤਾਂ ਉਹਨਾਂ 'ਤੇ ਨਿਸ਼ਾਨੇ ਸੀਐਮ ਭਗਵੰਤ ਮਾਨ ਸਾਹਿਬ ਦਾ ਸੀ ਕਿ ਬੋਰਡ ਲਗਾ ਕੇ ਤੁਸੀਂ ਪੈਸੇ ਖਰਾਬ ਨਾ ਕਰੋ, ਇਹ ਪੈਸੇ ਖਰਾਬ ਹੁੰਦੇ ਆ, ਅਤੇ ਅੱਜ ਉਹੀ ਸਰਕਾਰ ਸੱਤਾ ਦੇ ਵਿੱਚ ਹੈ ਅਤੇ ਉਹ ਬੋਰਡ ਵੀ ਲੱਗ ਰਿਹਾ, ਪਰ ਆਮ ਲੋਕਾਂ ਨੂੰ ਬਦਲਾਵ ਰਾਸ ਨਹੀਂ ਆ ਰਿਹਾ। ਨਕੋਦਰ ਦੇ ਵਿੱਚ ਬਹੁਤ ਸਾਰੇ ਕੰਮ ਅਧੂਰੇ ਪਏ ਆ, ਲਗਾਤਾਰ ਨਕੋਦਰ ਵਾਸੀਆਂ ਨੂੰ ਬਦਲਾਵ ਰਾਸ ਨਹੀਂ ਆ ਰਿਹਾ। ਦੂਜੇ ਪਾਸੇ ਨਕੋਦਰ ਦੇ ਵਿੱਚ ਇੱਕ ਮਹੱਲਾ ਹੈ ਗੌਂਸ ਮਹੱਲਾ, ਅਤੇ ਤਸਵੀਰ ਕੁਝ ਦਿਨ ਪਹਿਲਾਂ ਕਹਿ ਸਕਦੇ ਹਾਂ ਤਕਰੀਬਨ 6 ਤੋਂ 7 ਮਹੀਨੇ ਪਹਿਲਾਂ ਇਹੀ ਵੀਡੀਓ ਕੀਤੀ ਸੀ, ਇਹੀ ਸੜਕ ਸੀ, ਇਹੀ ਇੱਥੋਂ ਦੇ ਲੋਕ ਸੀ, ਅਤੇ ਅੱਜ ਅਸੀਂ ਉੱਥੇ ਫਿਰ ਮੌਜੂਦ ਹਾਂ, ਅਤੇ ਹਾਲਾਤ ਬੱਤਰ ਨੇ, ਖਰਾਬ ਨੇ, ਮੌਸਮ ਖਰਾਬ ਹੈ, ਤਾਂ ਇਹ ਪਹਿਲੇ ਗੱਟਰਾਂ ਦੀ ਤਸਵੀਰ ਹੈ, ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕਿਸ ਤਰ੍ਹਾਂ ਬਣੇ ਹੋਏ, ਇੱਥੇ ਇੱਟਾਂ ਪਈਆਂ ਅਤੇ ਸਾਹਮਣੇ ਸ਼ਾਇਦ ਉਹ ਗੱਟਰ ਦਾ ਟੱਕੜਾ ਜਾਂ ਕੀ ਉੱਪਰ ਲਾਉਣਾ ਸੀ ਉਹ ਪਿਆ, ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਕਿੰਨਾ ਕੁ ਵਿਕਾਸ ਹੋਇਆ। ਉਹ ਸਰਕਾਰ ਜਿਹੜੀ ਕਹਿੰਦੀ ਸੀ ਘਰ ਘਰ ਦੇ ਵਿੱਚ ਨੌਕਰੀ, ਪਰ ਇੱਥੇ ਤਾਂ ਇਹ ਗੱਲ ਹੋ ਗਈ ਹੈ ਕਿ ਲੋਕ ਘਰਾਂ ਦੇ ਵਿੱਚ ਆਪਣੇ ਹੀ ਘਰਾਂ ਦੇ ਵਿੱਚ ਆਉਣ ਤੋਂ ਪਹਿਲਾਂ ਡਰਦੇ ਆ, ਕਿਤੇ ਡਿੱਗ ਨਾ ਜਾਈਏ, ਲੱਤ ਬਾਹਣਾ ਦੜਾ ਲਈਏ, ਬਹੁਤ ਹਾਲਾਤ ਬੱਤਰ ਹੈ। ਹਸਪਤਾਲ ਦੇ ਵਿੱਚ ਡਾਕਟਰ ਹੈ ਨਹੀਂ, ਅਤੇ ਬਾਰਿਸ਼ ਦੇ ਮੌਸਮ ਦੇ ਵਿੱਚ ਸੜਕਾਂ ਦੇ ਉੱਪਰ ਚੱਲਣਾ ਖਤਰੇ ਤੋਂ ਖਾਲੀ ਨਹੀਂ, ਤਾਂ ਲੋਕ ਇਕੱਠੇ ਹੋ ਗਏ ਗੌਂਸ ਮਹੱਲੇ ਦੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਸਾਰੀ ਇੱਕ ਵੱਡੀ ਤਸਵੀਰ ਬਣ ਜਾਂਦੀ ਹੈ। ਦੂਜੀ ਗੱਲ ਕਿ ਅੱਜ MC ਸਾਹਿਬ ਵੀ ਇੱਥੇ ਮੌਜੂਦ ਹੈ, ਹਾਂ ਉਹ ਕੌਂਸਲਰ, ਚੱਲ ਤੁਸੀਂ ਕੰਮ ਕਰਦਾ ਤੁਸੀਂ ਕਰਦੇ ਹੋ ਜੀ, ਠੀਕ ਹੈ, ਕਹਿੰਦੇ ਕਿ ਨੌ ਰਾਣੀ ਜੋ ਹੈ ਬੇਟੀ ਨੌ ਰਾਣੀ ਉਹ ਕੌਂਸਲਰ ਹੈ, ਤਾਂ ਸਰ ਪਹਿਲਾਂ ਆਪਾਂ ਇਹ ਗੱਲ ਕਰ ਲੈਂਦੇ, ਤੁਸੀਂ MC ਸਾਹਿਬ ਤੁਸੀਂ ਹੋ ਜਾਂ ਤੁਹਾਡੀ ਨੌ ਰਾਣੀ? ਨੌ ਰਾਣੀ ਮੇਰੀ ਨੌ ਰਾਣੀ ਰਜਨੀ ਕੌਂਸਲਰ ਆ ਵਾਰਡ ਨੰਬਰ 17 ਤੋਂ। ਫਿਰ ਕੰਮ ਤੁਸੀਂ ਸਾਰਾ ਦੇਖਦੇ ਹੋ ਕਿੰਨਾ ਵੀ ਹੁੰਦਾ ਜਾਂ ਨੌ ਰਾਣਾ ਜਦੋਂ ਜਿਹੜੀ ਮੀਟਿੰਗ ਦੇ ਵਿੱਚ ਜਾਂਦੇ, ਤਾਂ ਕਿਉਂ ਮੈਂ ਫੀਲਡ ਵਿੱਚ ਮੈਂ ਘੁੰਮਦਾ ਸਾਰਾ ਕੰਮ ਦੱਸਦਾ ਵੀ ਆਹ ਜਿਹੜੇ ਕੰਮ ਹੋਣ ਵਾਲੇ ਆ, ਅਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਫਿਰ ਰੱਖਣੇ ਹੁੰਦੇ ਆ ਉਹ ਕੰਮ ਜਿਹੜੇ ਵੀ ਆਹ ਸਾਰੇ ਹੋਣ ਵਾਲੇ ਸਾਡੇ ਫੀਲਡ ਦੇ ਵਿੱਚ। ਤੁਸੀਂ ਰਹਿੰਦੇ ਹੋ ਫੀਲਡ ਦੇ ਵਿੱਚ? ਮੈਂ ਰਹਿੰਦਾ ਇਸ ਸੜਕ ਦੇ ਉੱਪਰ। ਕਿੰਨੀਆਂ ਕੁ ਵਾਰ ਤੁਸੀਂ ਲੰਘਦੇ ਹੋ ਇੱਕ ਦਿਨ ਦੇ ਵਿੱਚ? ਲਗਭਗ ਮੈਂ ਇੱਥੇ ਆਉਂਦਾ ਰਹਿੰਦਾ, ਅਤੇ ਇਹ ਜਿਹੜਾ ਕੰਮ ਅਸੀਂ ਨਾ ਲਗਭਗ ਅੱਜ ਤੋਂ 1.5 ਸਾਲ ਪਹਿਲਾਂ ਸਾਰਾ ਨਾ ਸਾਰਾ ਮਿਣਤੀ। ਤੁਸੀਂ ਮੈਂ ਤੁਹਾਡੀ ਗੱਲ ਵਿੱਚ ਰੁਕਦਾ, ਤੁਸੀਂ ਕਹਿੰਦਾ ਕਿ ਅਸੀਂ ਆਉਂਦੇ ਰਹਿੰਦੇ ਹਾਂ, ਮੌਸਮ ਅੱਜ ਵੀ ਖਰਾਬ ਆ। ਹਾਂਜੀ ਹਾਂਜੀ, ਤਾਂ ਬੀਤੇ ਦਿਨ ਤਕਰੀਬਨ 6-7 ਮਹੀਨੇ ਹੋ ਗਏ, ਹਾਲਾਤ ਉਦੋਂ ਵੀ ਇਸ ਤਰ੍ਹਾਂ ਦੇ ਸੀ, ਬਾਰਿਸ਼ ਪਈ ਹੋਈ ਸੀ, ਇੰਨੀ ਤਿਲਕਣ ਪਾਈ ਸੀ, ਜੇਕਰ ਬਾਹਰ ਕੋਈ ਨਿਕਲਦਾ ਸੀ ਤਾਂ ਨੁਕਸਾਨ ਹੋ ਸਕਦਾ, ਲੱਤਾਂ ਬਾਹਾਂ ਟੁੱਟ ਸਕਦੇ ਸੀ। ਦੂਜੀ ਗੱਲ ਜੋ ਇੱਥੋਂ ਦੇ ਬੱਚੇ, ਸਕੂਲੀ ਬੱਚੇ ਸੀ, ਉਹਨਾਂ ਨੂੰ ਸਕੂਲ ਵੈਣਾ ਇੱਥੇ ਲੈਣ ਨਹੀਂ ਆਉਂਦੀਆਂ ਸੀ, ਔਰ ਕਾਫੀ ਅੱਗੇ ਜਾ ਕੇ ਉਹ ਝੁੜਾਉਣਾ ਪੈਂਦਾ ਸੀਗਾ।
ਤੁਹਾਡੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ, ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਤੁਸੀਂ ਉਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋ ਜਿਹੜੇ ਕਿ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਤਾਂ ਫਿਰ ਇਹ ਸੜਕ ਦਾ ਕੰਮ ਕਿਉਂ ਨਹੀਂ ਹੋ ਰਿਹਾ? ਕੋਈ ਵੱਡਾ ਮੁੱਦਾ ਨਹੀਂ ਸੀ ਇਹ ਜਿਹੜਾ ਕੰਮ ਨਾ, ਜਦੋਂ ਸਾਡੇ MLA ਸਾਹਿਬ ਨੇ ਮਤਲਬ ਕਿਹਾ ਵੀ 5 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਸ਼ਹਿਰ ਵਾਸਤੇ ਆਈ ਆ, ਅਤੇ ਉਹ ਫਿਰ ਉਹਦੇ ਜਦੋਂ ਟੈਂਡਰ ਲੱਗੇ, ਟੈਂਡਰ ਲੱਗਣ ਤੋਂ ਬਾਅਦ ਠੇਕੇਦਾਰਾਂ ਨੇ ਟੈਂਡਰ ਲੈ ਲਿਆ, ਲੈਣ ਤੋਂ ਬਾਅਦ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਮੈਂ ਪੁੱਛਦੀ AU ਸਾਹਿਬ ਨੂੰ ਵੀ ਕੰਮ ਰੁਕ ਗਏ ਆ, ਉਹ ਕਹਿੰਦੇ ਵੀ ਪੈਸਾ ਨਹੀਂ ਆ ਰਿਹਾ, ਵੀ ਪੈਸਾ ਆਵੇ ਤਾਂ ਉਦੋਂ ਹੀ ਅਸੀਂ ਕੰਮ ਸ਼ੁਰੂ ਕਰ ਦੇਵਾਂਗੇ, ਕਿਉਂਕਿ ਇਹ ਜਿਹੜਾ ਕੰਮ ਹੈਗਾ ਨਾ ਇਹ ਗ੍ਰਾਂਟ ਦੇ ਕੰਮ ਆ ਜਿਹੜੇ ਪੰਜਾਬ ਗੌਰਮੈਂਟ ਦੇ ਆ, ਕਮੇਟੀ ਦੇ ਫੰਡ ਦਾ ਕੰਮ ਨਹੀਂ ਹੈਗਾ ਇਹ, ਇਸ ਕਰਕੇ ਜੀ ਗ੍ਰਾਂਟ ਦਾ ਕੰਮ ਆ ਜਾਂ ਫੰਡ ਦਾ ਕੰਮ ਆ, ਅਤੇ ਸੜਕ ਪਹਿਲਾਂ ਇੱਦਾਂ ਹੀ ਸੀ ਕਿ ਹੁਣ ਇੱਦਾਂ ਪਿੱਟੀ ਹੋਈ ਆ? ਇਹ ਇੱਥੇ ਪਹਿਲਾਂ ਨਾ ਦੂਜੀ ਸੀਗੀ, ਇੱਟਾਂ ਵਾਲੀ ਸੀਗੀ, ਅਤੇ ਫਿਰ ਉਹ ਹੀ ਚੰਗੀ ਸੀ, ਪੱਟਣੀ ਨਹੀਂ ਸੀ ਉਹ ਪੱਟੀ ਤਾਂ ਗਈ ਜਦੋਂ ਨਾ ਵਾਟਰ ਸਪਲਾਈ ਦੇ ਪੈਪ ਆਏ ਇੱਥੇ, ਪਹਿਲਾਂ ਵਾਟਰ ਸਪਲਾਈ ਵੀ ਹੈ ਮੋਟੇ ਤੇ, ਚੱਲ ਬਚੀ ਹੋਊਗੀ, ਲੰਘਣ ਜੋਗੇ ਬੰਦਾ ਪੈਰ ਪੂਰ ਮਾਣੇ ਮੋਟੇ ਰੱਖ ਕੇ ਲੰਘ ਸਕਦਾ ਸੀਗਾ, ਉਹ ਪੱਟਣੀ ਨਹੀਂ ਸੀ, ਤੁਸੀਂ ਪਹਿਲਾਂ ਕੰਟੈਕਟ ਕਰਨਾ ਸੀਗਾ ਜਾਂ ਨਗਰ ਕੌਂਸਲ ਨਾਲ ਤੇ ਜਾਂ ਫਿਰ ਹਲਕੇ ਦੇ ਵਿਧਾਇਕ ਨਾਲ, ਉਹਦੇ ਨਾਲ ਹੀ ਨਾ ਇਹਦੀ ਪਹਿਲੀ ਨਾਪ ਹੋ ਗਿਆ ਸੀਗਾ ਵੀ ਇਹ ਸੜਕ ਬਣ ਜਾਣੀ ਆ, ਸੜਕ ਬਣ ਜਾਣੀ ਕਰਕੇ ਤਾਂ ਫਿਰ ਉਹ ਜਿਹੜੀ ਸਾਰੀ ਇਹਨਾਂ ਨੇ ਸ਼ੁਰੂ ਵੀ ਕਰਤੀ ਸੀ, ਆਪਾਂ ਭਾਰਤੀ ਪੁਰਤੀ ਪਾ ਗਏ, ਉਹ ਗਟਕਾ ਇੰਨਾ ਮਤਲਬ ਵਿੱਚ ਹੀ ਛੱਡ ਕੇ ਉੱਥੇ ਚਲੇ ਗਏ, ਬਾਅਦ 'ਚੋਂ ਨਹੀਂ ਕਿਹਾ ਕੰਮ ਸ਼ੁਰੂ ਕਰੋ, SO ਨਾ EO ਨਾ ਕਿੰਨੀ ਵਾਰੀ ਕੰਡੈਕਟ ਪ੍ਰਧਾਨ ਜੀ ਨਾ ਪ੍ਰਧਾਨ ਜੀ ਨੇ ਫੋਨ ਕਰਨਾ ਵੀ ਉਹ ਕੰਮ ਜਦੋਂ ਗੱਲ ਕਰਦੇ ਵੀ ਜਿਹੜੀ ਗ੍ਰਾਂਟ ਜਿਹੜੀ ਹੈਗੀ ਜਿਹੜੀ ਪੰਜਾਬ ਰੋਡ ਦੀ ਗ੍ਰਾਂਟ ਜਿਹੜੀ 5 ਕਰੋੜ ਆ ਉਹ ਨਹੀਂ ਆ ਰਹੀ, ਇਸ ਕਰਕੇ ਕੰਮ ਸਾਰੇ ਰੁਕੇ ਪਏ ਆ। ਦੇਖੋ ਜੇਕਰ ਜ਼ਿੰਮੇਵਾਰੀ ਦੀ ਗੱਲ ਕਰੀਏ ਤਾਂ ਕਿਸ ਦੀ ਜ਼ਿੰਮੇਵਾਰੀ ਬਣਦੀ ਸੜਕ ਬਣਾਉਣ ਦੀ? ਤੁਸੀਂ ਕਿਸ ਕਿਸ ਨਾਲ ਹੁਣ ਸੰਪਰਕ ਹੁਣ ਤੱਕ ਕਰ ਚੁੱਕੇ ਹੋ? ਦੇਖੋ ਜਿਹੜੇ ਮੇਨ ਇਹਦਾ SO ਹੁੰਦਾ ਆ, ਠੀਕ ਆ, SO ਕੰਮ ਕਰਾਉਂਦਾ, EO ਸਾਹਿਬ ਹੁੰਦੇ, ਤੁਸੀਂ EO ਸਾਹਿਬ ਹੋ ਗਏ, ਉਹਨਾਂ ਨੇ ਕਿੰਨੀਆਂ, ਮੇਰੇ ਤਾਂ ਮੇਰੇ ਫੋਨ ਚੈੱਕ ਕਰੋ ਕਿੰਨੀਆਂ ਕਾਲਾਂ ਜਾਂ ਜੀ EO ਸਾਹਿਬ ਨੂੰ ਫੋਨ ਕਰੋ, ਹੁਣ ਕੱਢੋ ਫੋਨ, ਹੁਣ ਫੋਨ ਕਰੋ ਜੀ, ਆਪਾਂ ਹੁਣੇ ਪੁੱਛ ਲੈਂਦੇ ਅੱਜ ਸਵੇਰੇ ਵੀ ਮੈਂ ਫੋਨ ਲਾਇਆ ਸੀ, ਕੋਈ ਨਹੀਂ ਇੱਕ ਵਾਰ ਹੋਰ ਲਾ ਦਿਓ, ਕਰੋ ਸਪੀਕਰ ਫੋਨ 'ਤੇ ਗੱਲ ਕਰੋ। ਠੀਕ ਹੈ ਠੀਕ ਹੈ, ਆਹਦੀ ਇਹ ਗੱਲ ਲੱਗਾ ਦੋ ਵਾਰੀ ਰਣਵੀਰ, ਹਾਂਜੀ ਕਰੋ ਗੱਲ। ਸਪੀਕਰ ਆ ਲਓ, ਕੋਈ ਸਾਰੇ ਸੁਣ ਲੈਣਗੇ। ਹੈਲੋ ਈਓ ਸਾਹਿਬ ਜੀ, ਹੈਲੋ, ਮੈਂ ਕਿਹਾ ਮੈਂ ਤੁਹਾਨੂੰ ਸਵੇਰੇ ਫੋਨ ਲਾਇਆ ਸੀਗਾ, ਤੁਸੀਂ ਕਹਿੰਦੇ ਮੈਂ ਦੱਸਦਾ ਵਾ, ਦੱਸਿਆ ਨਹੀਂ ਕੁਛ ਵੀ, ਕੀ ਸੀਗਾ ਉਹ ਆਪਣੇ ਗੌਂਸ ਮੇਲੇ ਜਿਹੜਾ ਕੰਮ ਰੁਕਿਆ ਹੋਇਆ ਕਿੰਨੇ ਚਿਰ ਦਾ ਜਿਹੜਾ ਹੈਗਾ? ਉਹ ਯਾਰ ਉਹੀ ਉਹਨੂੰ ਉਹਦੇ ਉਹਨੇ ਨੋਟਸ ਕੱਢ ਰਹੇ ਆ ਅੱਜ, ਠੀਕ ਹੈ ਨਾ, ਉਹਨੇ ਨੋਟਸ ਕੱਢ ਰਹੇ ਆ, ਨੋਟਸ ਤਾਂ ਕੱਢ ਰਹੇ ਇੱਥੇ ਈਓ ਸਾਹਿਬ, ਜਨਤਾ ਬਹੁਤ ਪਰੇਸ਼ਾਨ ਆ, ਮੈਂ ਜਦੋਂ ਵੀ ਆਉਂਦਾ ਬਾਹਲਾ ਹੀ ਔਖਾ, ਕਿਤੇ ਆ ਕੇ ਦੇਖ ਲਓ ਇੱਥੇ ਕਿੰਨੀ ਵੱਡੀ ਬਹੁਤ ਵੱਡੀ ਪ੍ਰੋਬਲਮ ਆ। ਚਲੋ ਕੋਈ ਨਹੀਂ ਕੋਈ ਨਹੀਂ, ਮੈਂ ਜਨਾਬ ਜੀ ਲੋਕਾਂ ਦੇ ਹਾਲਾਤ ਬੜੇ ਮਾੜੇ ਆ, ਸੜਕ ਦਾ ਕੁਛ ਕਰ ਦਿਓ? ਤੁਸੀਂ SO ਨੂੰ ਭੇਜੋਗੇ ਤਕਰੀਬਨ? ਦੇਖੋ ਜੀ 6-7 ਮਹੀਨੇ ਹੋ ਗਏ ਤੱਕ ਮੌਕਾ ਨੀ, ਕਿਉਂ ਨੀ ਦੇਖਿਆ ਗਿਆ, ਕੀ ਕਾਰਨ ਸੀਗਾ ਜੀ? ਵੀ ਚਲੋ ਦੇਖ ਲੈਣਾ ਨੀ ਜੀ, ਇਹ ਤਾਂ ਫਿਰ ਗੱਲ ਟਾਲਣ ਵਾਲੀ ਹੋ ਗਈ ਨਾ, ਚਲੋ ਨੀ ਕਰਨਾ ਜੀ। ਦੇਖੋ ਸਰ ਇੱਕ ਅੱਧਾ ਕੰਮ ਨਹੀਂ, ਦੇਖੋ ਇਹ ਮਹੱਲੇ ਦਾ ਇੱਕੋ ਹੀ ਕੰਮ ਸੀਗਾ, ਤਕਰੀਬਨ 6-7 ਮਹੀਨੇ ਪਹਿਲਾਂ ਵੀ ਇੱਥੇ ਅਸੀਂ ਨਿਊਜ਼ ਕਵਰ ਕੀਤੀ ਸੀ, ਅੱਜ ਹਾਲਾਤ ਫਿਰ ਉਸ ਤਰ੍ਹਾਂ ਦੇ, ਕੋਈ ਹਾਲਾਤ ਕੋਈ ਵਧੀਆ ਨਹੀਂ ਹੋਏ। ਹਾਂਜੀ ਸਾਰਾ ਅਸੀਂ ਕਿੰਨੇ ਟਾਈਮ 'ਚ ਬੈਕ ਕਾਲ ਕਰਦੇ ਹਾਂ ਜੀ, ਕਿੰਨੇ ਟਾਈਮ 'ਚ ਬੈਕ ਕਾਲ ਕਰਦੇ, ਅਸੀਂ ਤੁਹਾਡੀ ਵੇਟ ਕਰਦੇ ਹਾਂ। ਮੈਂ ਕਿਹਾ ਸਰ ਕਿੰਨੇ ਟਾਈਮ 'ਚ ਕਰਦੇ ਹੋ? ਤਾਂ ਹਾਲਾਤ ਇਹ ਨੇ ਈਓ ਸਾਹਿਬ ਦੇ, ਮੈਂ ਗੱਲਬਾਤ ਕਰ ਰਿਹਾ ਤੇ ਈਓ ਸਾਹਿਬ ਨੇ ਫੋਨ ਕੱਟਦਾ, ਕਹਿੰਦੇ ਮੈਂ ਸੋ ਨਾਲ ਗੱਲਬਾਤ ਕਰਦਾ, ਤੇ ਫੋਨ ਕੱਟਣਾ ਨਹੀਂ ਸੀ ਚਾਹੀਦਾ, ਜੇ ਹੋਰ ਵੀ ਗੱਲਬਾਤ ਕਰਨੀ ਸੀ, ਪਰ ਈਓ ਸਾਹਿਬ
ਫੋਨ ਕੱਟ ਗਿਆ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਕੀ ਲਗਾ ਸਕਦੇ ਹੋ ਕਿ ਸੜਕ ਬਣ ਜੂਗੀ ਕਿ ਨਕੋਦਰ ਦਾ ਵਿਕਾਸ ਹੋ ਜੂਗਾ ਅਤੇ ਇਸ ਤੋਂ ਅੱਗੇ ਇਸ ਇਸੋ ਨੇ ਤੁਸੀਂ ਫੋਨ ਲਓ ਜੀ ਕੋਈ ਨਹੀਂ ਤੁਸੀਂ ਉਹਨੇ ਦੁਬਾਰਾ ਲਓ ਜਾਂ ਪਰ ਇਹ ਰਮੇਲ ਸਰ ਗੱਲ ਕੀਤੀ ਹੈ ਇਹਦੇ ਨਾਲ ਗੱਲ ਕਰੋ ਹਾਂਜੀ ਕੋਈ ਨਹੀਂ ਆਪਾਂ ਵੇਟ ਕਰ ਲੈਂਦੇ ਹਾਂ ਕੋਈ ਨਹੀਂ ਵੇਟ ਕਰ ਲੈਂਦੇ ਹਾਂ ਪਰੇਸ਼ਾਨੀ ਦੁਬਾਰਾ ਕਿਸੇ ਨੂੰ ਫੋਨ ਲਾ ਲਓ ਆਪਾਂ ਗੱਲ ਕੰਪਲੀਟ ਕਰ ਲਈਏ ਜੀ ਐਸ ਸਾਹਿਬ ਜੀ ਹਾਂ ਕਿੱਦਾਂ ਹਾਲ ਚਾਲ ਮੈਂ ਕਿਹਾ ਤੁਹਾਨੂੰ ਮੈਂ ਸਵੇਰੇ ਫੋਨ ਲਾਇਆ ਚੱਕਿਆ ਨਹੀਂ ਸੀ ਤੁਸੀਂ ਅਤੇ ਇੱਥੇ ਮੁਹੱਲੇ ਦੇ ਵਿੱਚ ਨਾ ਲੋਕ ਇਕੱਠੇ ਹੋਏ ਆ ਕਾਫੀ ਮੇਰੇ ਹਿਸਾਬ ਨਾਲ 100 ਦੇ ਕਰੀਬ ਬੁਣੀਆਂ ਬੰਦੇ ਹੋਣੇ ਆ ਜਿਹੜਾ ਕੰਮ ਤੁਹਾਨੂੰ ਰੁਕਿਆ ਇੰਨੇ ਜ਼ਿਆਦਾ ਪਹਿਲਾਂ ਜਿੱਦਾਂ ਆਪਣੀ ਗੱਲ ਹੋਈ ਵੀ ਇਹ ਲੋਹੜੀ 'ਤੇ ਸ਼ੁਰੂ ਹੋਜੂਗਾ ਫਿਰ ਦੁਸਹਿਰੇ 'ਤੇ ਫਿਰ ਦਿਵਾਲੀ 'ਤੇ ਹਾਂਜੀ ਗੱਲ ਤਾਂ ਉਹੀ ਹੁਣ ਤੁਸੀਂ ਆਪਣੀ ਜਗ੍ਹਾ ਸਹੀ ਆ ਮੈਂ ਆਪਣੀ ਜਗ੍ਹਾ ਸਹੀ ਜਾਣਦਾ ਪਰੇਸ਼ਾਨ ਠੀਕ ਹੈ ਠੀਕ ਹੈ ਅਸੀਂ ਤਾਂ ਆਪਣੇ ਵੱਲੋਂ ਹੱਥ ਪੈਰ ਮਾਰੀ ਜਾਂਦੇ ਅੰਕਲ ਜੀ ਸਾਡੀ ਆਪਣੀ ਮਜਬੂਰੀ ਹੈ ਨਹੀਂ ਤਾਂ ਅੱਗੇ ਤਾਂ ਆਪਾਂ ਫਟਾਫਟ ਕਰਾ ਹੀ ਦੇਈਦੇ ਕੰਮ ਨਹੀਂ ਨਹੀਂ ਜਿਹੜੇ ਕੰਮ ਹੋਏ ਹੋਏ ਆ ਜਿਹੜੇ ਆਹ ਰੁਕਿਆ ਜਿਹੜਾ ਹੈਗਾ ਪਰ ਮਜਬੂਰੀ ਹੈ ਨਾ ਇਕੱਲਾ ਇਹ ਨਹੀਂ ਰੁਕਿਆ ਅੰਕਲ ਜੀ ਹਾਂਜੀ ਮੰਡੀ ਦੇ ਕੋਲ ਨਿਰੰਕਾਰੀ ਭਵਨ ਦੇ ਕੋਲ ਸੜਕ ਜਿਹੜੀ ਇੰਨੀ ਜ਼ਿਆਦਾ ਖਰਾਬ ਆ ਇਹਨੇ ਇਹਦਾ ਮੇਨ ਕਾਰਨ ਕੀ ਮੇਨ ਇਹਦਾ ਜਿਹੜਾ ਹੈਗਾ ਹਾਂਜੀ ਮੇਨ ਜਿਹੜਾ ਕਾਰਨ ਪੈਸੇ ਦੀ ਪ੍ਰੋਬਲਮ ਹੈ ਨਾ ਕਾਰਨ ਪੈਸਿਆਂ ਦੀ ਪ੍ਰੋਬਲਮ ਬਸਰਾ ਸਾਹਿਬ ਦੇ ਵਾਰਡ ਆ ਉੱਥੇ ਆਪਾਂ ਜਦੋਂ ਲਾਲ ਬਾਦਸ਼ਾਹ ਤੋਂ ਅੱਗੇ ਜਾਂਦੇ ਆ ਗੁਰਦੁਆਰਾ ਟੱਪ ਦੇ ਸਟੇਟ ਪਬਲਿਕ ਸਕੂਲ ਤੋਂ ਆਪਣੇ ਨਾ ਪ੍ਰੈਸ ਵਾਲੇ ਇੱਥੇ ਆਏ ਹੋਏ ਸੀਗੇ ਉਹ ਮੈਨੂੰ ਵੀ ਬੁਲਾਇਆ ਹੋਇਆ ਉਹਨਾਂ ਨੇ ਪ੍ਰੈਸ ਵਾਲਿਆਂ ਨੇ ਉਹ ਮੇਰੇ ਕੋਲ ਫੋਨ ਲਵਾਏ ਤੁਹਾਨੂੰ ਨਹੀਂ ਝੂਠ ਤਾਂ ਚੱਲ ਕੱਲ ਹੀ ਬੋਲਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਹਰਦੀਪ ਸਿੰਘ ਗੱਲ ਕਰ ਰਿਹਾ ਜੀ ਬਸ ਠੀਕ ਹੈ ਤੁਸੀਂ ਸੁਣਾਓ ਠੀਕ ਹੋ ਹਾਲ ਚਾਲ ਤਾਂ ਬਿਲਕੁਲ ਠੀਕ ਹੈ ਜੀ ਬਾਰਿਸ਼ ਦਾ ਮੌਸਮ ਆ ਹਾਲਾਤ ਇੱਥੋਂ ਦੇ ਇੰਨੇ ਮਾੜੇ ਆ ਕਿ ਇੱਥੋਂ ਤਾਂ ਹੁਣ ਨਹੀਂ ਲੰਘਿਆ ਜਾਂਦਾ ਜੇਕਰ ਬਾਰਿਸ਼ ਪੈ ਗਈ ਤਾਂ ਹਾਲਾਤ ਹੋਰ ਮਾੜੇ ਹੋ ਜਾਣੇ ਆ ਜੀ ਅਤੇ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਗਫਾਂਡੀ ਪੈਸੇ ਹੈ ਨਹੀਂ ਹੁਣ ਇੱਦਾਂ ਮੰਨ ਲਈਏ ਕਿ ਕੰਮ ਹੋਣਾ ਹੀ ਨਹੀਂ ਗਾ ਜੀ ਔਨ ਰਿਕਾਰਡ ਕਹਿ ਜੀ ਅਸੀਂ ਤੁਹਾਡੀ ਰਿਕਾਰਡਿੰਗ ਪੂਰੀ ਕੀਤੀ ਹੈ ਸਾਡੇ ਕੋਲ ਹੈਗਾ ਤੁਸੀਂ ਕਿਹਾ ਕਿ ਪੈਸੇ ਨਹੀਂ ਫਿਰ ਨਹੀਂ ਹੋਣਾ ਜਦੋਂ ਪੈਸੇ ਆਉਣ ਤਾਂ ਫਿਰ ਕਿੱਥੋਂ ਹੋ ਗਏ ਦੱਸੋ ਪੈਸੇ ਤੁਸੀਂ ਕਿਹਾ ਜੀ ਅਜੇ ਪੈਸੇ ਨਹੀਂ ਤੁਸੀਂ ਕਿਹਾ ਜੀ ਤੁਸੀਂ ਕਿਹਾ ਕਿ ਅਜੇ ਪੈਸੇ ਨਹੀਂ ਹੈ ਮੰਨ ਕੇ ਇਹੀ ਚੱਲੀਏ ਕਿ ਪੈਸੇ ਕਦੋਂ ਆਉਣਗੇ ਕਦੋਂ ਪੈਸੇ ਮਤਲਬ ਕੋਈ ਆਈਡੀਆ ਤਾਂ ਹੋਊਗਾ ਨਾ ਪੈਸੇ ਕਦੋਂ ਆਉਣਗੇ ਫਿਰ ਬਸ ਫਿਰ ਮੰਨ ਸਕਦੇ ਸਰਕਾਰ ਦੇ ਕੰਮ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੇ ਹੁੰਦੇ ਜੀ ਹੁਣ ਜੇ ਸਵੇਰੇ ਜੇਕਰ ਪੈਸੇ ਇਹ ਤਾਂ ਮੰਨ ਸਕਦੇ ਹਾਂ ਨਾ ਜੇਕਰ ਪੈਸੇ ਨਹੀਂ ਆਉਣਗੇ ਤਾਂ ਫਿਰ ਨਹੀਂ ਹੋਊਗਾ ਜਨਾਬ ਜੀ ਮੇਰੀ ਗੱਲ ਸੁਣੋ ਇੱਦਾਂ ਮੰਨ ਇੱਦਾਂ ਜਿੰਨਾ
ਈਓ ਸਾਹਿਬ ਨਾਲ ਗੱਲਬਾਤ ਹੋ ਚੁੱਕੀ ਹੈ ਜੀ, ਉਹਨਾਂ ਨੇ ਈਓ ਸਾਹਿਬ ਨਾਲ ਗੱਲਬਾਤ ਹੋ ਚੁੱਕੀ ਹੈ, ਈਓ ਸਾਹਿਬ ਫੋਨ ਕੱਟ ਗਏ, ਚੱਲਦਾ ਫੋਨ ਉਹਨੇ ਕੱਟਤੇ ਸਾਡਾ। ਫਿਰ ਤੁਸੀਂ ਟੈਕਨੀਕਲ ਕੰਮ ਕਰਾਉਣਾ, ਫਿਰ ਤੁਸੀਂ ਪੈਸਿਆਂ ਦਾ ਜ਼ਿਕਰ ਨਹੀਂ ਕਰਨਾ ਸੀਗਾ ਜੀ। ਤੁਹਾਡਾ ਕੰਮ ਹੈ ਹੀ ਨਹੀਂ ਗਾ ਫਿਰ, ਤੁਹਾਡਾ ਤੁਸੀਂ ਤਾਂ ਫਿਰ ਇਹ ਗੱਲ ਕਹਿ ਰਹੇ ਹੋ ਕੰਮ ਕਰਵਾਓ, ਕੰਮ ਕਰਵਾਉਣ ਦਾ ਤੁਹਾਡਾ ਫਿਰ ਹੈ ਹੀ ਨਹੀਂ ਗਾ, ਤੁਹਾਡਾ ਤਾਂ ਟੈਕਨੀਕਲ ਕੰਮ ਹੈ ਜੀ। ਠੇਕੇਦਾਰ ਨੂੰ ਪੈਸੇ ਜੇ ਆਉਣਗੇ ਤਾਂ ਹੀ ਦਿਓਗੇ ਨਾ। ਕਹਿੰਦੇ ਨਾ ਗੱਲ ਕਰੀ, ਦੱਸੋ ਜੀ ਉਹਦੇ ਨਾਲ ਕਰ ਲੈਣਾ ਜੀ। ਓਕੇ ਜੀ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਲਓ ਜੀ ਈਓ ਨੂੰ ਲਓ ਜੀ ਦੁਬਾਰਾ। ਹਾਂਜੀ ਈਓ ਨੂੰ ਫੋਨ ਲਾ ਦੇ ਦੁਬਾਰਾ, ਹਾਂਜੀ ਈਓ ਸਾਹਿਬ ਸਤਿ ਸ਼੍ਰੀ ਅਕਾਲ ਜੀ, ਪੱਤਰਕਾਰ ਹਰਦੀਪ ਸਿੰਘ ਗੱਲ ਕਰ ਰਿਹਾ ਜੀ। ਜਨਾਬ ਜੀ ਐਸ ਓ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਸਾਡੇ ਕੋਲ ਪੈਸੇ ਹੈ ਨਹੀਂ, ਪੈਸੇ ਪਿੱਛੋਂ ਕਹਿੰਦਾ ਜੀ ਗੌਰਮੈਂਟ ਨੇ ਸਾਨੂੰ ਭੇਜੇ ਨਹੀਂ, ਕਦੋਂ ਆਉਣਗੇ ਕੰਮ ਉਦੋਂ ਹੋਊਗਾ ਜੀ। ਤੁਹਾਡਾ ਇਸ ਬਾਰੇ ਕੀ ਕਹਿਣਾ, ਪੈਸੇ ਕਦੋਂ ਕੁ ਆ ਜਾਣਗੇ, ਕੋਈ ਆਈਡੀਆ ਹੀ ਦੇ ਦਿਓ, ਲੋਕ ਬਹੁਤ ਇਕੱਠੇ ਹੋਏ ਹੋਏ ਇੱਥੇ, ਨਹੀਂ ਮੰਗਾ ਕੇ ਕੋਈ ਆਈਡੀਆ ਦੇ ਦਿਓ ਜੀ, ਇਹ ਵਿਚਾਰਿਆਂ ਦਾ ਤਾਂ ਸਾਹ ਸੁੱਕੇ ਹੋਇਆ। ਮੰਨ ਕੇ ਚੱਲੀਏ ਸਰ, ਤੁਸੀਂ ਔਨ ਰਿਕਾਰਡ ਕੈਮਰੇ ਅੱਗੇ ਕਹਿ ਰਹੇ ਹੋ ਕਿ 15 ਦਿਨ ਦੇ ਵਿੱਚ ਹੋ ਜੂਗਾ, ਪੱਕਾ ਜੀ ਸਰ? ਇਹ ਨਾ ਮੈਂ ਤੁਹਾਨੂੰ ਪਹਿਲਾਂ ਤੁਸੀਂ, ਮੈਂ ਔਨ ਰਿਕਾਰਡ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਕੈਮਰੇ ਅੱਗੇ ਗੱਲ ਕਰ ਰਹੇ ਹੋ ਕਿ 15 ਦਿਨ 'ਚ ਹੋ ਜੂਗਾ ਸਰ? ਓਕੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਇਹ ਹਾਲਾਤ ਨੇ, ਐਸ ਓ ਸਾਹਿਬ ਨਾਲ ਗੱਲ ਕੀਤੀ, ਪਹਿਲਾਂ ਤਾਂ ਤੁਸੀਂ ਉਹ ਗੱਲ ਸੁਣੀ ਲਈ ਹੈ ਸਾਰੇ, ਉਹ ਕਹਿੰਦੇ ਕਿ ਨਹੀਂ ਪੈਸੇ ਸਰਕਾਰ ਕੋਲ ਹੈ ਨਹੀਂ, ਫਿਰ ਤੁਸੀਂ ਦੁਬਾਰਾ ਗੱਲ ਕੀਤੀ ਤਾਂ ਪਲਟਾ ਥੋੜ੍ਹਾ ਜਿਹਾ ਪਲਟਿਆ, ਕਹਿੰਦੇ ਤੁਸੀਂ ਈਓ ਸਾਹਿਬ ਨਾਲ ਗੱਲ ਕਰ ਲਓ। ਤਾਂ ਈਓ ਸਾਹਿਬ ਨਾਲ ਗੱਲ ਪਹਿਲਾਂ ਜਦੋਂ ਕੀਤੀ, ਉਹਨਾਂ ਫੋਨ ਕੱਟਦਾ ਸੀ, ਤਾਂ ਦੁਬਾਰਾ ਈਓ ਸਾਹਿਬ ਕਹਿੰਦੇ ਕਿ 15 ਦਿਨਾਂ ਦੇ ਵਿੱਚ ਕੰਮ ਹੋ ਜੂਗਾ, ਸੜਕ ਬਣ ਜੂਗੀ, ਪਰ ਪਿਛਲੇ ਜੇ 7-8 ਮਹੀਨੇ 1.5 ਸਾਲ 'ਚ ਨਹੀਂ ਬਣੀ, ਤਾਂ 15 ਦਿਨ ਜੇਕਰ ਬਣ ਜਾਂਦੀ ਹੈ ਤਾਂ ਕਹਿ ਸਕਦੇ ਹਾਂ ਕਿ ਚੰਗੀ ਗੱਲ ਹੈ। ਬਾਕੀ ਇੱਥੋਂ ਦੇ ਜੋ ਲੋਕ ਖੜ੍ਹੇ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਐਮ ਸਾਹਿਬ 15 ਦਿਨ ਦਾ ਟਾਈਮ ਲੈ ਲਿਆ ਵਾ, ਠੀਕ ਠਾਕ ਸਾਹਮਣੇ ਹਾਂ ਮੈਂ ਬਿਲਕੁਲ ਸੁਣ ਰਹੇ ਸੀਗੇ, ਕੋਈ ਵਿਸ਼ਵਾਸ ਤੁਸੀਂ ਫੋਨ ਤੇ, ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਪਰ ਕੰਟੈਕਟ ਜ਼ਰੂਰ ਰੱਖਿਓ। ਦੇਖੋ ਪਤਾ ਗੱਲ ਕੀ, ਮੇਰਾ ਲਿਹਾਜ਼ ਕੋਈ ਨਹੀਂ, ਮੈਂ ਜਨਤਾ ਨੇ ਮੈਨੂੰ ਚੁਣਿਆ ਹੋਇਆ, ਸਾਨੂੰ ਚੁਣਿਆ ਮੇਰੀ ਨੌਹ ਰਾਣੀ ਨੂੰ, ਮੇਰੇ ਨਾਲ ਪਹਿਲਾਂ ਵੀ ਇਦਾਂ ਵਾਅਦੇ ਬਹੁਤ ਹੋ ਚੁੱਕੇ ਆ, ਆ ਜੇ ਵਾਅਦਾ ਪੱਕਾ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਆ। ਲੱਗਦਾ ਨਹੀਂ, ਦੇਖੋ ਜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਤੁਸੀਂ BSP ਲਓ ਕਿ ਥੋੜ੍ਹਾ ਵਿਤਕਰਾ ਕਰ ਰਿਹਾ? ਵਿਤਕਰਾ ਤਾਂ ਜਿੱਦਾਂ ਹੋਰ ਸ਼ਹਿਰ ਦੇ ਵਿੱਚ ਵੀ ਕੰਮ ਰੁਕੇ ਆ, ਸਾਡਾ ਜਿਹੜਾ ਨਾ ਕਮੇਟੀ ਦਾ ਫੰਡ ਸੀਗਾ ਬੋਗਣਾ ਮਹੱਲੇ, ਕਾਫੀ ਬਹੁਤ ਟੋਏ ਸੀ, ਇਹ ਇਦੋਂ ਵੀ 15 ਦਿਨਾਂ ਦਾ ਕਹਿਦਾ ਵਾ ਕਿ ਲੱਗਦਾ 15 ਦਿਨ 'ਚ ਹੋ ਜੂਗਾ, ਵੀ ਇਹ ਹੁਣ ਯਕੀਨ ਤਾਂ ਕਰਨਾ ਪਊਗਾ ਨਾ 15 ਦਿਨ ਨੂੰ। ਬਿਲਕੁਲ ਯਕੀਨ ਕਰਨਾ ਪਊਗਾ ਭਾਜੀ, ਭਾਜੀ 15 ਦਿਨ ਦਾ ਟਾਈਮ ਮਿਲ ਗਿਆ, ਕਹਿੰਦੇ 15 ਦਿਨ 'ਚ ਸੜਕ ਬਣ ਜੂਗੀ, ਇਹ ਸਾਹਿਬ ਨੇ ਕਿਹਾ ਜੀ। ਤੁਸੀਂ ਵੀ ਇੱਥੇ ਹੀ ਆ ਭਾਜੀ, ਮੈਂ ਵੀ ਇੱਥੇ ਹੀ ਹਾਂ, ਅੱਜ 1 ਤਰੀਕ ਆ, 16 ਤਰੀਕ ਨੂੰ ਆ ਕੇ ਦੇਖ ਲਿਓ, ਜੇ ਤਾਂ ਬਣ ਗਿਆ ਤਾਂ ਮੈਂ ਤੁਹਾਡਾ ਮੂੰਹ ਮਿੱਠਾ ਕਰਾਊਂਗਾ, ਜੇ ਨਾ ਬਣਿਆ ਤਾਂ ਤੁਸੀਂ ਦੱਸ ਦਿਓ ਕੀ ਕਰਨਾ ਵਾ। ਫਿਰ ਦੇਖੋ ਤੁਸੀਂ ਕੀ ਕਰੋਗੇ, ਤੁਹਾਡਾ ਅਗਲਾ ਕਦਮ ਕੀ, ਤੁਸੀਂ ਕੀ ਕਰੋਗੇ, ਅੱਜ ਸਾਰੇ ਇਕੱਠੇ ਹੋਏ ਹੋ ਤੁਸੀਂ ਕੀ ਕਰੋਗੇ? ਜੇਕਰ ਆਪਣਾ ਕੰਮ ਸੀ ਫੋਨ ਕਰਨਾ, ਫੋਨ ਕੀਤਾ, ਫੋਨ 'ਤੇ ਗੱਲਬਾਤ ਈਓ ਨੇ ਕੀਤੀ, ਐਸਓ ਨੇ ਸਾਹਿਬ ਨਾਲ ਗੱਲਬਾਤ ਕੀਤੀ, ਤੁਸੀਂ ਕੀ ਕਰੋਗੇ? ਅਸੀਂ ਵਿਰੋਧ ਕਰਾਂਗੇ ਜੀ ਸਰਕਾਰ ਦਾ, ਧਰਨੇ ਦਾ ਗਿਲ, ਫਿਰ ਕਿਹੜਾ ਈਦ ਨਹੀਂ ਆਉਣੀ ਕਿ ਰੋਜ਼ ਨਹੀਂ ਆਉਣੇ, ਵੋਟਾਂ ਮੰਗਣਾ ਫਿਰ ਸਾਡੇ ਕੋਲ ਹੀ ਆਉਣਾ ਵਾ, ਵੋਟਾਂ ਮੰਗਣ ਫਿਰ, ਹੁਣ ਤਾਂ ਇਲੈਕਸ਼ਨ ਲੋਕ ਸਭਾ ਦਾ ਆ ਗਿਆ, ਉਹ ਵੀ ਆਉਣਗੇ, ਸੋਚ ਸਮਝ ਕੇ ਆਉਣ ਜੀ, ਸਾਡਾ ਕੰਮ ਨਹੀਂ ਹੋਊਗਾ ਤਾਂ, ਜੇਕਰ ਕੰਮ ਨਹੀਂ ਹੋਊਗਾ ਤਾਂ ਫਿਰ ਨਹੀਂ, ਔਖਾ ਵਾ, ਔਖਾ ਉਹਨਾਂ ਲਈ ਵੀ ਔਖਾ ਜੀ, ਸਾਡੇ ਲਈ ਔਖਾ ਅਤੇ ਉਹਨਾਂ ਲਈ ਵੀ ਔਖਾ ਕਰਾਂਗੇ ਅਸੀਂ, ਵੋਟਾਂ ਮੰਗਣ ਆਉਣਗੇ ਤਾਂ ਫਿਰ ਵਿਰੋਧ ਵੀ ਹੋਊਗਾ ਜੀ, ਵਿਰੋਧ ਪੂਰਾ ਹੋਊਗਾ ਜੀ।
ਤਾਂ ਵਿਰੋਧ ਹੋਊਗਾ ਕਹਿੰਦੇ ਵੋਟ। ਹਾਂ ਬਾਈ ਜੀ, ਜੇਕਰ ਇਹ ਕੰਮ ਨਹੀਂ ਹੁੰਦਾ 15 ਦਿਨ ਦੇ ਵਿੱਚ ਤਾਂ ਵਿਰੋਧ ਹੋਊਗਾ, ਜੇਕਰ ਜਿਹੜੇ ਵੋਟਾਂ ਮੰਗਣ ਆਉਂਦੇ ਆ ਉਹਨਾਂ ਦਾ ਵਿਰੋਧ ਹੋਊਗਾ? ਬਿਲਕੁਲ ਜੀ ਹੋਊਗਾ। ਵੋਟਾਂ ਨਹੀਂ ਪਾਉਂਗੇ ਨਾ ਅੱਗੇ, ਇੱਕ ਤਾਂ ਬਣਾਉਣਾ ਹੀ ਪੈਣਾ, ਫੇਰ ਗੱਲ ਬਣੂਗੀ। ਹਾਂਜੀ ਬਾਈ ਜੀ, ਵਿਰੋਧ ਹੋਊਗਾ ਜੀ, ਪੂਰਾ ਪੂਰਾ ਵਿਰੋਧ ਹੋਊਗਾ। ਵੋਟਾਂ ਲੋਕ ਸਭਾ ਇਲੈਕਸ਼ਨ ਆ ਗਿਆ, ਵਿਰੋਧ ਹੋਊਗਾ ਅਤੇ ਵੋਟ ਨਹੀਂ ਪਾਵਾਂਗੇ ਜੀ ਜੇ ਇੱਦਾਂ ਗੱਲ ਹੋਇਆ ਤਾਂ। ਹਾਂਜੀ ਆਪਾਂ ਜੀ ਇੱਦਾਂ ਹੀ ਵੋਟ ਨਹੀਂ ਪਾਵਾਂਗੇ, ਨਹੀਂ ਪਾਵਾਂਗੇ। ਹਾਂਜੀ ਵੀਰ ਜੀ, ਤੁਸੀਂ ਇੱਦਾਂ ਹੀ ਆ ਜੀ, ਸਾਰੇ ਇਕੱਠੇ ਹੋਵਾਂਗੇ, ਇੱਕਾ ਕਰਾਂਗੇ, ਫਿਰ ਇਹਨਾਂ ਦਾ ਵਿਰੋਧ ਵੀ ਕਰਾਂਗੇ ਅਤੇ ਇਹਨਾਂ ਨੂੰ ਭਜਾਵਾਂਗੇ ਵੀ ਜੇ ਇੱਥੋਂ ਇੱਥੋਂ ਭਜਾਵਾਂਗੇ। ਹਾਂਜੀ ਹਾਂਜੀ, ਫਿਰ ਭਜਾਵਾਂਗੇ ਵੀ ਜੇ ਇੱਥੋਂ, ਜਿਹੜੀ ਪਾਰਟੀ ਦੀ ਮਰਜ਼ੀ। ਹਾਂਜੀ, ਪਰ ਕਿਸੇ ਪਾਰਟੀ ਦੀ ਨਹੀਂ, ਆਪਾਂ ਕਹਿ ਸਕਦੇ ਖਾਸ ਆਮ ਸਰਕਾਰ, ਜਿਹਨਾਂ ਦੀ ਹੱਕ ਆ ਉਹਨਾਂ ਦਾ, ਆਪ ਦੀ ਆਪਾਂ ਗੱਲ ਕਰ ਸਕਦੇ, ਕੋਈ ਸਰਕਾਰ ਉਹਨਾਂ, ਸਰਕਾਰ ਉਹਨਾਂ ਦੀ ਆ। ਹਾਂਜੀ, MP ਵੀ ਉਹਨਾਂ ਦਾ ਆ ਜੀ, MLA ਵੀ ਉਹਨਾਂ ਦੀ ਇੱਥੇ ਏਰੀਏ ਤੋਂ। ਕੁਮਾਰ ਰਿੰਕੂ ਨੇ ਕੁਛ ਕੀਤਾ? ਹਾਂਜੀ ਨਹੀਂ, ਕੋਈ ਸਾਡੇ ਹਿਸਾਬ ਨਾਲ ਤਾਂ ਕੋਈ ਕੰਮ ਨਹੀਂ ਕੀਤਾ ਹੈਗਾ ਜੀ, ਨਕੋਦਰ 'ਚ ਹੀ ਨਹੀਂ ਕੀਤਾ ਜੀ, ਸਾਰੇ ਕੰਮ ਰੁਕੇ ਵੀ ਪਏ ਆ। ਇੱਕ ਫਿਲਹਾਲ ਨਾ ਕੱਲ੍ਹ ਰਾਹ ਪੱਟਣ ਡਏ ਸੀ ਹੋਰ ਵਾਟਰ ਸਪਲਾਈ ਪਾਉਣ ਲਈ ਜੀ, ਅਸੀਂ ਉਹ ਕੱਲ੍ਹ ਰੁਕਾਇਆ, ਅਸੀਂ ਕਿਹਾ ਵੀ ਪਹਿਲਾਂ ਇੱਧਰਲਾ ਬਣਾਓ। ਪੱਟ ਜੇ ਪੱਟਦਾ ਤਾਂ ਪਹਿਲਾਂ ਵਾਲਾ ਬਣਿਆ ਨਹੀਂ? ਹਾਂਜੀ ਪਹਿਲਾਂ ਵਾਲਾ ਬਣਿਆ ਨਹੀਂ, ਅਸੀਂ ਸਾਨੂੰ ਵਿਰੋਧ ਸੀਗਾ, ਅਸੀਂ ਤਾਂ ਕੰਮ ਹੋਰ ਕਰਾਇਆ ਜੀ। ਫਿਰ ਉਹ ਸਾਨੂੰ ਸੋਮਵਾਰ ਤੋਂ ਹੀ ਕਹਿੰਦੇ ਸੀਗੇ ਵੀ ਅਸੀਂ ਸੋਮਵਾਰ ਤੋਂ ਸਾਨੂੰ ਦੱਸਿਓ ਕੀ ਕਹਿੰਦੇ ਈਓ ਸਾਹਿਬ। ਹੁਣ ਈਓ ਸਾਹਿਬ ਨਾਲ ਤੁਹਾਡੀ ਗੱਲ ਹੋਈ ਗਈ ਆ ਜੀ, 15 ਦਿਨਾਂ ਦਾ ਟਾਈਮ ਦਿੱਤਾ ਉਹਨਾਂ ਨੇ, ਤੇ ਬਾਕੀ ਦੇਖ ਲੈਂਦੇ 15 ਦਿਨ ਵੀ ਕਿੱਦਾਂ ਆਉਂਦੇ ਆ। ਹਾਂਜੀ ਕਿੱਦਾਂ ਆਉਂਦੇ, 15 ਦਿਨ ਦਾ ਟਾਈਮ ਲਿਆ, ਇਸ ਤੋਂ ਅੱਗੇ ਹੋਰ ਆਪਾਂ ਗੱਲਬਾਤ ਕਰਦੇ ਹਾਂ, ਬਹੁਤ ਸਾਰੇ ਲੋਕ ਇਕੱਠੇ ਹੋਏ ਆ। ਹਾਂਜੀ ਬਾਈ ਜੀ, ਕੋਈ ਨਹੀਂ, ਇੱਕ ਮਿੰਟ ਆ ਜਾਓ, ਦੇਖੋ ਤੁਹਾਡੀ ਸੜਕ ਦਾ ਕੰਮ ਹੈ। ਹਾਂ ਦੇਖੋ, 15 ਦਿਨ ਦਾ ਜੇ ਟਾਈਮ ਲਿਆ, ਜੇਕਰ 15 ਦਿਨ ਸੜਕ ਨਹੀਂ ਬਣਦੀ, ਕੋਈ ਵੋਟਾਂ ਮੰਗਣ ਆ ਜਾਂਦਾ ਤਾਂ ਕੀ ਕਰੋਗੇ ਜੀ? ਫਿਰ ਵੋਟ ਨਾ ਦੇਵਾਂਗੇ, ਇਹੀ ਹੋ ਸਕਦਾ ਫਿਰ? ਫਿਰ ਵੋਟ ਨਹੀਂ ਦੇਣੀ ਹੈ? ਹਾਂ ਬਿਲਕੁਲ, ਸਾਰੀ ਬੀਬੀਆਂ ਦੀ ਸਲਾਹ, ਸਾਡੇ ਸਾਰਿਆਂ ਦਾ ਏਕਤਾ ਆ ਜਨਤਾ ਦਾ। ਵਿਰੋਧ ਕਰਾਂਗੇ ਫਿਰ ਤਾਂ, ਵਿਰੋਧ ਕਰਾਂਗੇ। ਹਾਂਜੀ ਵੀ, ਜੇਕਰ ਲੋਕ ਸਭਾ ਦਾ ਇਲੈਕਸ਼ਨ ਆ ਰਿਹਾ, ਸੜਕ ਨਹੀਂ ਬਣਦੀ ਤਾਂ ਵੋਟ ਕਰੋਗੇ ਜੀ? ਪ੍ਰੋਬਲਮ ਇਹੀ ਹੈ, ਵੋਟ ਫਿਰ ਉਹੀ ਤਾਂ ਹੀ ਕਰਾਂਗੇ ਜੇ ਸਾਡੇ ਕੰਮ ਕਰਨਗੇ, ਜੇ ਸਾਡੇ ਕੰਮ ਹੀ ਨਹੀਂ ਕਰਨਗੇ ਤਾਂ ਵੋਟਾਂ ਕਿੱਦਾਂ ਕਰਾਂਗੇ? ਉਹਦਾ ਸਿਰਫ ਸੜਕ ਦਾ ਇਹੀ ਮੁੱਦਾ ਸਾਡੇ ਲਈ ਤਾਂ ਮੇਨ ਇਹੀ, ਜਦੋਂ ਸਾਡੇ ਬੱਚੇ, ਇਹਨਾਂ ਦੇ ਜੋ ਕਹਿੰਦੇ ਪਏ ਉਹੀ ਗੱਲ। ਹਾਂਜੀ, ਸਾਡੇ ਬੱਚਿਆਂ ਨੂੰ ਜਾਣਾ ਔਖਾ ਆ, ਤੁਰ ਕੇ ਜਾਂਦੇ, ਉਹ ਕਿੰਨਾ ਔਖਾ ਹੁੰਦਾ ਤੁਰ ਕੇ ਆਉਣਾ ਇੰਨੇ ਵੱਡੇ ਵੱਡੇ ਬੈਗ ਲੈ ਕੇ। ਬਾਕੀ ਦੀ ਜਨਤਾ ਵੀ ਡਿੱਗਦੀ ਆ, ਡਿੱਗਦੀ ਕਿਉਂ ਨਹੀਂ, ਸੱਟਾਂ ਵੀ ਲੱਗਦੀਆਂ। ਜਿੱਥੇ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ, ਡਿਜੀਟਲ ਇੰਡੀਆ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਹਾਲਾਤ ਇਹ ਹੈ ਕਿ ਲੋਕ ਤਾਂ ਇੱਥੇ ਸੜਕਾਂ ਤੋਂ ਪਰੇਸ਼ਾਨ ਹੈ ਕਿ ਸੜਕਾਂ ਸਾਡੀਆਂ ਨਹੀਂ ਬਣਦੀਆਂ। ਜ਼ਿਮਨੀ ਚੋਣ ਹਾਲੇ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਸੀ, ਪਰ ਸੁਸ਼ੀਲ ਕੁਮਾਰ ਰਿੰਕੂ ਸਿਰਫ ਵੋਟਾਂ ਦੇ ਵਿੱਚ ਕਹਿੰਦੇ ਦਿਖਾਈ ਦਿੰਦੇ ਆ, ਤਾਂ ਉਦੋਂ ਬਾਅਦ ਕਦੇ ਮੈਨੂੰ ਤਾਂ ਇੱਥੇ ਦਿਖੇ ਨਹੀਂ, ਬਾਕੀ ਬਾਈਆਂ ਤੋਂ ਪੁੱਛ ਲੈਂਦੇ ਹਾਂ ਵੀ ਸੁਸ਼ੀਲ ਕੁਮਾਰ ਰਿੰਕੂ ਵੋਟਾਂ ਦੇ ਵਿੱਚ ਆਏ ਸੀ, ਉਦੋਂ ਬਾਅਦ ਕੋਈ ਦਿਸਿਆ ਇੱਥੇ? ਨਹੀਂ ਜੀ, ਉਦੋਂ ਬਾਅਦ ਕੋਈ ਨਹੀਂ ਆਇਆ ਇੱਥੇ, ਸਾਡੇ ਤਾਂ MLA ਸਾਹਿਬ ਨੂੰ ਆਏ ਨੂੰ 6 ਮਹੀਨੇ ਹੋ ਗਏ ਜੀ। ਅੱਛਾ, ਉਹ ਵੀ ਨਿਕਲਿਆ ਮਾਰਦੇ? ਉਹ ਵੀ ਨਹੀਂ ਆਉਂਦੇ ਜੀ, ਉਹਨਾਂ ਦੇ ਵਰਕਰ ਆਉਂਦੇ ਸੀਗੇ। MLA ਸਾਹਿਬ ਵੋਟਾਂ ਮੰਗਣ ਆਏ ਸੀ? ਵੋਟਾਂ ਮੰਗਣ ਆਏ ਆ, 2-3 ਵਾਰ ਆਏ ਆ, ਅਸੀਂ ਫੁੱਲ ਚਾਹ ਪਾਣੀ ਪਿਲਾਇਆ ਆਪਣੇ ਘਰੇ ਬਿਠਾ ਕੇ, ਆਹ ਸਾਨੂੰ ਇਨਾਮ ਮਿਲ ਰਿਹਾ ਵਾ ਜੀ। ਖੁਦ ਮੇਰੇ ਘਰ ਬੈਠ ਕੇ ਮੈਡਮ 2 ਵਾਰ ਚਾਹ ਪੀ ਕੇ ਗਏ ਆ, ਫਿਰ ਵੀ ਗੱਲ ਨਹੀਂ ਬਣੀ, ਸੜਕ ਨਹੀਂ ਬਣੀ, ਮੈਨੂੰ ਤੋਹਫਾ ਦੇ ਕੇ ਗਏ ਆ, ਨਾਲੇ ਰਾਹ ਪੱਟ ਕੇ ਸਾਡਾ ਸਾਰਾ। ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਬਣ ਗਿਆ, ਕਹਿੰਦੇ ਕਿ ਇੱਥੇ ਹਲਕਾ ਵਿਧਾਇਕ ਵੀ ਆਇਆ, ਤਾਂ ਫਿਰ ਜੋ ਜਿਮਨੀ ਚੋਣ ਜਿੱਤੇ ਸੀ ਲੋਕ ਸਭਾ ਤੋਂ, ਵਿਧਾਨ ਸਭਾ ਤੋਂ ਜੋ ਜਿਮਨੀ ਚੋਣ ਜਿੱਤੇ ਸੀ ਸੁਸ਼ੀਲ ਕੁਮਾਰ ਰਿੰਕੂ, ਉਸ ਟਾਈਮ ਨਕੋਦਰ ਦੇ ਵਿੱਚ ਪੂਰਾ ਲਾਮ ਲਸ਼ਕਰ ਲੈ ਕੇ ਪੂਰੀ ਆਮ ਆਦਮੀ ਪਾਰਟੀ ਪੱਬਾਂ ਭਾਰ ਸੀ, ਇੱਥੋਂ ਤੱਕ ਕਿ CM ਭਗਵੰਤ ਮਾਨ ਵੀ ਆਇਆ ਸੀ।
ਪਰ ਲੋਕ ਸੜਕਾਂ ਤੋਂ ਦੁਖੀ ਹੈ, ਸੜਕਾਂ ਨਹੀਂ ਬਣਦੀਆਂ ਜਿੱਥੇ ਵੱਡੇ ਵੱਡੇ ਦਾਅਵੇ ਨੌਕਰੀਆਂ ਦੇ ਦਾਅਵੇ ਕੀਤੇ ਜਾਂਦੇ ਆ, ਪਰ ਤੁਸੀਂ ਅੰਦਾਜ਼ਾ ਲਗਾ ਸਕਦੇ ਕਿਤੇ ਸੜਕਾਂ ਦਾ ਕੰਮ ਨਹੀਂ ਹੁੰਦਾ, ਪਰ ਆਮ ਲੋਕ ਉੱਥੇ ਇਹਨਾਂ ਸੜਕ ਕੀ ਸੋਚਦੇ ਹੋਣਗੇ, ਕਹਿੰਦੇ ਵੋਟ ਨਹੀਂ ਕਰਨੀ। ਇੱਕ ਵਾਰ ਜੀ ਮੈਂ ਹੱਥ ਖੜ੍ਹੇ ਕਰਕੇ ਦੱਸ ਦਿਉ, ਵਿਸ਼ਵਾਸ ਸਾਰਿਆਂ ਨੇ ਵੋਟ ਨਹੀਂ ਕਰਨੀ ਜੀ? ਅਸੀਂ ਕਹਿੰਦੇ ਬੱਜ ਕੇ ਸੜਕ ਸਾਡੀ ਬਣ ਜਾਵੇ, ਵੋਟ ਲੈ ਲੈਣ। ਹਾਂ ਸਹੀ ਗੱਲ, ਜਿੱਦਾਂ ਮਰਜ਼ੀ ਨਹੀਂ ਦੇਣੀ ਵੋਟ। ਹਾਂਜੀ ਸੜਕ ਦਾ ਹੀ ਰੌਲਾ ਹੈ, ਮੁੱਦਾ ਹੀ ਸੜਕ। ਜਦੋਂ ਬਾਰਿਸ਼ ਹੁੰਦੇ ਆ ਤਾਂ ਬਾਹਰ ਨਿਕਲਣਾ ਔਖਾ ਹੁੰਦਾ, ਖਰਾਬ ਆ ਨਾ, ਤੇ ਸਾਨੂੰ ਡਰ ਆ ਵੀ ਕਹਿੰਦੇ ਕੱਲ ਨੂੰ ਕੰਮ ਤੇ ਜਾਣਾ, ਕਿੱਦਾਂ ਜਾਣਾ, ਚਿੱਕੜ ਇੰਨਾ ਹੋ ਜਾਂਦਾ ਹੈ, ਔਖੇ ਹੁੰਦੇ। ਦੇਖ ਕੇ ਗਈ ਇੱਥੇ ਵਿੱਚ ਮੀਂਹ ਦੇ ਵਿੱਚ ਦੀ ਲੰਘ ਕੇ ਚਿੱਕੜ ਦੇ ਵਿੱਚ ਦੀ, ਖੁਦ ਦੇਖ ਕੇ ਗਏ ਆਪ ਉਹ। ਤਾਂ ਪੀਓ ਦੇ ਨਾਲ ਐਸਓ ਨਾਲ ਐਸਓ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ, ਤਾਂ 15 ਦਿਨਾਂ ਦਾ ਟਾਈਮ ਲਿਆ, ਪਰ 15 ਦਿਨ ਦੇ ਬਾਅਦ ਜਦੋਂ 16 ਦਿਨ ਹੋ ਜਾਣਗੇ ਤਾਂ ਇੱਥੇ ਆਪਾਂ ਫਿਰ ਸਾਡੀ ਟੀਮ ਪੂਰੀ ਉੱਥੇ ਆਊਗੀ, ਉਹ ਵੀ ਖਬਰ ਤੁਹਾਨੂੰ ਦਿਖਾਵਾਂਗੇ। ਤੁਸੀਂ ਦੇਖਦੇ ਰਹੋ ਐਨ ਆਰ ਨਿਊਜ਼, ਕੈਮਰਾਮੈਨ ਮਨਜੀਤ ਦੇ ਨਾਲ ਹਰਦੀਪ ਨਕੋਦਰ।